ਕੇ ਗਾਓ ਕੇ ਫਿਰ ਮਨ ਵਿੱਚ ਭਾਵ ਪੈਦਾ ਕਰਨਾ ਹੈ। ਇਹ ਠੀਕ ਹੈ ਕਿ ਭਾਵ ਇੱਕ ਐਸੀ ਅਵਸਥਾ ਹੈ ਜਿਹਨੂੰ ਅਸੀਂ ਗੁਣ ਤੇ ਨਹੀਂ ਕਹਿ ਸਕਦੇ, ਇੱਕ ਅਵਸਥਾ ਹੀ ਕਹਿ ਸਕਦੇ ਹਾਂ। ਤੰਦਰੁਸਤੀ ਸਰੀਰ ਦੀ ਇੱਕ ਅਵਸਥਾ ਹੈ, ਬਿਮਾਰੀ ਸਰੀਰ ਦੀ ਇੱਕ ਅਵਸਥਾ ਹੈ, ਭਾਵ ਮਨ ਦੀ ਇੱਕ ਅਵਸਥਾ ਹੈ। ਜਿਸ ਨੂੰ ਰੋਜ਼ ਯਾਦ ਕਰੀਏ, ਯਾਦ ਹੀ ਭਾਵ ਬਣ ਜਾਂਦਾ ਹੈ, ਯਾਦ ਹੀ ਪ੍ਰੇਮ ਬਣ ਜਾਂਦਾ ਹੈ, ਸਿਮਰਨ ਹੀ ਪ੍ਰੇਮ ਬਣ ਜਾਂਦਾ ਹੈ। ਤਾਂ ਸਤਿਗੁਰੂ ਕਹਿੰਦੇ ਨੇ ਰੋਜ਼ ਸੁਣਨਾ ਹੈ, ਗਾਉਣਾ ਹੈ, ਔਰ ਉਤਨੇ ਚਿਰ ਤੱਕ ਗਾਉਣਾ ਹੈ ਤੇ ਸੁਣਨਾ ਹੈ ਜਿਤਨੇ ਚਿਰ ਤੱਕ ਗਾਵਿਆ ਸੁਣਿਆ ਭਾਵ ਨਹੀਂ ਬਣ ਜਾਂਦਾ, ਪ੍ਰੇਮ ਨਹੀਂ ਬਣ ਜਾਂਦਾ। ਪ੍ਰੇਮ ਬਣਿਆ ਗਾਉਣਾ ਸਫਲ ਹੋ ਗਿਆ, ਸੁਣਨਾ ਸਫਲ ਹੋ ਗਿਆ। ਪ੍ਰੇਮ ਨਹੀਂ ਬਣਿਆ, ਗਾਉਣਾ ਔਰ ਸੁਣਨਾ ਅਜੇ ਬੀਜ ਰੂਪ ਦੇ ਹੈ, ਅੰਕੁਰਿਤ ਨਹੀਂ ਹੋਇਆ, ਫਲੀ ਬਹੁਤ ਨਹੀਂ ਹੋਇਆ, ਅਜੇ ਫਲ ਤੱਕ ਨਹੀਂ ਪਹੁੰਚਿਆ। ਹਰ ਫਲ ਦਾ ਬੀਜ ਇੱਕ ਹੁੰਦਾ ਹੈ, ਪਰ ਦੁੱਖਾਂ ਦੇ ਬੀਜ ਅਨੇਕਾਂ ਹੀ ਨੇ। ਅਨੇਕਾਂ ਕਾਰਨਾਂ ਤੋਂ ਦੁੱਖ ਪੈਦਾ ਹੋ ਜਾਂਦਾ ਹੈ। ਅਨੰਤ ਬੀਜ ਨੇ ਇੱਥੇ, ਔਰ ਦੁੱਖ ਇੱਕ ਬੋਝ ਹੈ। ਜਿਸ ਤਰ੍ਹਾਂ ਪਰਮਾਤਮਾ ਵਿਆਪਕ ਹੈ, ਜੀਵਾਂ ਵਿੱਚ ਦੁੱਖ ਵੀ ਵਿਆਪਕ ਹੈ। ਦੁੱਖ ਦੀ ਨਿਵਿਰਤੀ ਕਿਸ ਤਰ੍ਹਾਂ ਹੋਵੇ? ਜਗਤ ਵਿੱਚ ਸ੍ਰੇਸ਼ਟ ਪੁਰਸ਼ਾਂ ਨੇ ਆਪਣੇ ਆਪਣੇ ਢੰਗ ਨਾਲ ਦੁੱਖਾਂ ਦੀ ਨਿਵਿਰਤੀ ਦੇ ਸਾਧਨ ਲੱਭੇ। ਇਹਨਾਂ ਵਿੱਚੋਂ ਕੁਝ ਰਾਜਨੀਤਿਕ ਨੇ, ਉਹਨਾਂ ਨੇ ਆਪਣੇ ਢੰਗ ਨਾਲ ਜਗਤ ਨੂੰ, ਦੇਸ਼ ਨੂੰ ਸੁੱਖ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਹਰ ਮੁਲਕ ਵਿੱਚ ਉੱਘੇ ਚੋਟੀ ਦੇ ਰਾਜਨੀਤਿਕ ਪੁਰਸ਼ ਹੋਏ ਨੇ, ਲੇਕਿਨ ਦੇਸ਼ ਨੂੰ, ਜਗਤ ਨੂੰ ਸੁੱਖ ਨਹੀਂ ਦੇ ਸਕੇ। ਇਸੇ ਤਰੀਕੇ ਨਾਲ ਦੂਜੇ ਧਰ ਤੇ ਆ ਜਾਂਦੇ ਨੇ, ਵੈਦ, ਹਕੀਮ, ਡਾਕਟਰ, ਜਿਨ੍ਹਾਂ ਦੀ ਕੋਸ਼ਿਸ਼ ਹੈ ਕਿ ਮਨੁੱਖ ਦੇ ਤਨ ਵਿੱਚ ਜਿਹੜੇ ਰੋਗ ਨੇ ਤੇ ਰੋਗਾਂ ਕਰਕੇ ਜੋ ਮਨੁੱਖ ਦੁਖੀ ਹੈ, ਇਹ ਮਨੁੱਖ ਦੇ ਸਰੀਰ ਦੇ ਚੋਂ ਕੱਢ ਦੇਈ ਗਿਆ। ਤਾਂ ਹਿਕਮਤ ਮੌਜੂਦ ਹੈ, ਵੈਦ ਮੌਜੂਦ ਨੇ, ਡਾਕਟਰ ਮੌਜੂਦ ਨੇ, ਪਰ ਰੋਗ ਵੀ ਮੌਜੂਦ ਨੇ। ਰੋਗਾਂ ਦੀ ਨਿਵਿਰਤੀ ਨਹੀਂ ਹੋ ਸਕੀ। ਇੱਕ ਰੋਗ ਨੂੰ ਕਾਬੂ ਕਰੀਏ, ਅਨੰਤ ਰੋਗ ਹੋਰ ਪੈਦਾ ਹੋ ਜਾਂਦੇ ਨੇ। ਜਿਤਨੇ ਚਿਰ ਤੱਕ ਕੋਈ ਨਵੀਂ ਦਵਾਈ ਬਾਜ਼ਾਰ ਵਿੱਚ ਆਉਂਦੀ ਹੈ, ਉਸ ਤੋਂ ਪਹਿਲੇ ਕੋਈ ਨਵਾਂ ਰੋਗ ਮਨੁੱਖ ਦੇ ਸਰੀਰ ਵਿੱਚ ਪ੍ਰਗਟ ਹੋ ਜਾਂਦਾ ਹੈ। ਤੋ ਔਸ਼ਧੀਆਂ ਮੌਜੂਦ ਨੇ, ਰੋਗ ਵੀ ਮੌਜੂਦ ਨੇ। ਮਨੁੱਖ ਦੀ ਮਾਨਸਿਕ ਪੀੜਾ ਹਰਨ ਵਾਸਤੇ ਅਨੇਕਾਂ ਤਰ੍ਹਾਂ ਦੇ ਮਨੋਵਿਗਿਆਨੀ ਵੀ ਮੌਜੂਦ ਨੇ, ਜਿਨ੍ਹਾਂ ਦੀ ਕੋਸ਼ਿਸ਼ ਹੈ ਕਿ ਮਨੁੱਖ ਦੇ ਮਨ ਵਿੱਚ ਦੁੱਖ ਦਾ, ਸਹਿਮ ਦਾ ਜੋ ਵਹਿਮ ਹੈ, ਇਹ ਕੱਢ ਦੇਈਏ। ਲੇਕਿਨ ਇਹ ਸਾਰੇ ਆਪਣੀ ਥਾਂ ਤੇ ਮੌਜੂਦ ਨੇ, ਪਰ ਦੁੱਖ ਵੀ ਆਪਣੀ ਥਾਂ ਤੇ ਮੌਜੂਦ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਵਾਕ ਅਮਰ ਹੈ ਕਿ ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਜਿੱਥੇ ਪਰਮਾਤਮਾ ਸਰਬ ਸੰਸਾਰ ਵਿੱਚ ਵਿਆਪਕ ਹੈ, ਦੁੱਖ ਵੀ ਵਿਆਪਕ ਹੈ। ਦੁੱਖ ਜਿਸ ਢੰਗ ਨਾਲ ਦੂਰ ਹੁੰਦਾ ਹੈ, ਉਹ ਢੰਗ ਮਨੁੱਖ ਨੇ ਅਪਣਾਇਆ ਨਹੀਂ। ਤੇ ਜਿਹੜੇ ਜਿਹੜੇ ਸਾਧਨਾਂ ਨਾਲ ਦੁੱਖਾਂ ਦੀ ਨਿਵਿਰਤੀ ਹੋ ਨਹੀਂ ਸਕਦੀ, ਉਹ ਮਨੁੱਖ ਨੇ ਆਪਣੀ ਝੋਲੀ ਵਿੱਚ ਪਾਏ ਹੋਏ ਨੇ।
ਇਸ ਵਾਸਤੇ ਹਰ ਦਿਨ ਕਿਸੇ ਨਵੇਂ ਦੁੱਖ ਨੂੰ ਜਨਮ ਦੇ ਰਿਹਾ ਹੈ ਔਰ ਦੁੱਖਾਂ ਦੀ ਪੰਡ ਸਿਰ 'ਤੇ ਵੱਧਦੀ ਜਾ ਰਹੀ ਹੈ। ਸਾਹਿਬਾਂ ਦਾ ਫਰਮਾਨ ਹੈ, ਦੁੱਖ ਕੀਆਂ ਫੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਹੋਏ। ਹਰ ਮਨੁੱਖ ਦੇ ਸਿਰ ਦੇ ਉੱਤੇ ਦੁੱਖਾਂ ਦੀ ਗਠੜੀ ਹੈ ਔਰ ਇਹ ਬੋਝਲ ਹੁੰਦੀ ਜਾ ਰਹੀ ਹੈ, ਰੋਜ਼ ਵੱਧਦਾ ਜਾ ਰਿਹਾ, ਦੁੱਖ ਘਟਦਾ ਨਹੀਂ ਪਿਆ। ਇਸ ਗੱਲ ਨਾਲ ਅਜ਼ੀਮ ਚਿੰਤਕ ਸਹਿਮਤ ਹੋ ਗਏ ਨੇ ਕਿ ਇੱਕ ਸਦੀ ਪਿੱਛੇ ਚਲੇ ਜਾਈਏ ਤੇ ਮਨੁੱਖ ਦੇ ਮਨ ਵਿੱਚ ਇਤਨਾ ਸੰਤਾਪ ਨਹੀਂ ਸੀ ਜਿਤਨਾ ਅੱਜ ਹੈ। ਪੰਜ ਸਦੀਆਂ ਪਿੱਛੇ ਚਲੇ ਜਾਈਏ ਤਾਂ ਮਨੁੱਖ ਦਾ ਮਨ ਜਿਤਨਾ ਸੰਤੋਸ਼ੀ ਸੀ ਅੱਜ ਨਹੀਂ ਹੈ। ਔਰ ਇਸੇ ਤਰੀਕੇ ਦੇ ਨਾਲ 2-3 ਹਜ਼ਾਰ ਸਾਲ ਪਿੱਛੇ ਚਲੇ ਜਾਈਏ, ਦੈਵੀ ਗੁਣਾਂ ਦੀ ਜੋ ਸੰਪਦਾ ਮਨੁੱਖ ਦੇ ਕੋਲ ਸੀ ਅੱਜ ਨਹੀਂ ਹੈ। ਔਰ ਠੀਕ ਹੈ ਕਿ ਅੱਜ ਜਿਤਨੀ ਸਿਆਣਪ ਹੈ, ਅੱਜ ਜਿਤਨੀਆਂ ਨਵੀਂ ਤੋਂ ਨਵੀਆਂ ਔਸ਼ਧੀਆਂ ਨੇ, ਅੱਜ ਜਿਤਨੀ ਵਿਗਿਆਨ ਦੀ ਉੱਨਤੀ ਹੈ, ਉਹ ਪਹਿਲੇ ਨਹੀਂ ਸੀ। ਪਰ ਅੱਜ ਜਿਤਨਾ ਦੁੱਖ ਹੈ ਇਹ ਪਹਿਲੇ ਨਹੀਂ ਸੀ। ਰੁੱਖਾਂ ਤਲੇ ਪਹਾੜਾਂ ਦੀ ਕੰਧਰਾਂ ਵਿੱਚ ਰਹਿ ਕੇ ਔਰ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਮਨੁੱਖ ਸੁਖੀ ਸੀ, ਅੱਜ ਫਲਕ ਬੋਸ ਇਮਾਰਤਾਂ ਵਿੱਚ ਰਹਿ ਕੇ ਵੀ ਮਨੁੱਖ ਦੁਖੀ ਹੈ। ਪੈਦਲ ਯਾਤਰਾ ਕਰਕੇ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਦੇ ਇਸਦੇ ਕੋਲ ਕੋਈ ਸਾਧਨ ਨਹੀਂ ਸਨ, ਲੇਕਿਨ ਫਿਰ ਵੀ ਪਰਮਾਤਮਾ ਤੱਕ ਪਹੁੰਚਣ ਦਾ ਮਨੁੱਖ ਦੇ ਕੋਲ ਵਸੀਲਾ ਸੀ। ਅੱਜ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਪਹੁੰਚਣ ਦੇ ਬੜੇ ਸੋਹਣੇ ਸਾਧਨ ਉਪਲਬਧ ਨੇ, ਬੱਸਾਂ, ਰੇਲਾਂ, ਕਾਰਾਂ, ਹਵਾਈ ਜਹਾਜ਼, ਆਵਾਜ਼ ਤੋਂ ਵੀ ਤਿੱਖੇ ਚੱਲਣ ਵਾਲੇ ਮੌਜੂਦ ਨੇ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਪਹੁੰਚਣ ਵਾਸਤੇ, ਪਰ ਮਨੁੱਖ ਦਾ ਪਰਮਾਤਮਾ ਤੱਕ ਪਹੁੰਚਣਾ ਔਖਾ ਹੋ ਗਿਆ। ਜਿਤਨੇ ਚੰਗੇ ਤੋਂ ਚੰਗੇ ਤੇ ਸਵਾਦਿਸ਼ਟ ਪਕਵਾਨ ਅੱਜ ਨੇ, ਅੱਜ ਤੋਂ ਚੰਦ ਸਦੀਆਂ ਪਹਿਲੇ ਨਹੀਂ ਸਨ। ਲੇਕਿਨ ਜੀਵਨ ਵਿੱਚ ਜਿਤਨਾ ਫਿੱਕਾਪਣ ਅੱਜ ਹੈ ਪਹਿਲੇ ਨਹੀਂ ਸੀ। ਪਹਿਨਣ ਨੂੰ ਜਿਤਨੇ ਸੁੰਦਰ ਬਸਤਰ ਅੱਜ ਨੇ ਇਹ ਪਹਿਲੇ ਨਹੀਂ ਸਨ। ਪਰ ਇਹ ਵੀ ਸੱਚਾਈ ਹੈ ਕਿ ਮਨੁੱਖ ਜਿਤਨਾ ਨੰਗਾ ਅੱਜ ਹੈ ਪਹਿਲੇ ਨਹੀਂ ਸੀ। ਸੁੰਦਰਤਾ ਨੂੰ ਚਮਕਾਉਣ ਦੇ ਜਿਤਨੇ ਸਾਧਨ ਅੱਜ ਨੇ ਇਹ ਪਹਿਲੇ ਨਹੀਂ ਸਨ। ਪਰ ਇਹ ਵੀ ਸਹੀ ਹੈ ਕਿ ਮਨੁੱਖ ਜਿਤਨਾ ਅੱਜ ਕਰੂਪ ਹੈ ਪਹਿਲੇ ਨਹੀਂ ਸੀ। ਜ਼ਿੰਦਗੀ ਕਾਇਮ ਰਹਿ ਸਕੇ, ਜ਼ਿੰਦਗੀ ਲੰਬੀ ਹੋ ਸਕੇ, ਤਰ੍ਹਾਂ ਤਰ੍ਹਾਂ ਦੇ ਸਾਧਨ ਅੱਜ ਮੌਜੂਦ ਨੇ, ਪਰ ਅੱਜ ਜਿਤਨਾ ਮੌਤ ਦਾ ਭੈ ਹੈ ਪਹਿਲੇ ਨਹੀਂ ਸੀ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਮਨੁੱਖ ਆਪਣੇ ਘਰ ਵਿੱਚ ਕਿਸ ਤਰ੍ਹਾਂ ਸੁੱਖ ਲੈ ਕੇ ਆਵੇ, ਤੇ ਆਪਣਾ ਘਰ ਕਿਹੜਾ ਹੈ? ਹਿਰਦਾ। ਘਰ ਵਿੱਚ ਸਾਜ਼ੋ ਸਮਾਨ ਆ ਗਿਆ, ਹਿਰਦੇ ਵਿੱਚ ਸੁੱਖ ਨਹੀਂ ਆਇਆ। ਮਕਾਨ ਵਿੱਚ ਤਰ੍ਹਾਂ ਤਰ੍ਹਾਂ ਦੀ ਸੰਪਦਾ ਆ ਗਈ ਹੈ, ਹਿਰਦੇ ਵਿੱਚ ਆਨੰਦ ਉਲਾਸ ਨਹੀਂ ਆਇਆ। ਤਰ੍ਹਾਂ ਤਰ੍ਹਾਂ ਦੇ ਬਸਤਰਾਂ ਨਾਲ, ਸਾਜ਼ੋ ਸਮਾਨ ਦੇ ਨਾਲ ਮਕਾਨ ਭਰ ਗਿਆ, ਲੇਕਿਨ ਹਿਰਦਾ ਸੁੱਖਾਂ ਤੋਂ ਖਾਲੀ ਹੋ ਗਿਆ। ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਅਗਰ ਇਸ ਸਾਧਨ ਨੂੰ ਅਪਣਾ ਲਿਆ ਜਾਏ ਤਾਂ ਸਾਹਿਬ ਕਹਿੰਦੇ ਮਨੁੱਖ
ਦੁੱਖ ਨੂੰ ਪਰੇ ਸੁੱਟ ਲਏਗਾ ਔਰ ਸੁੱਖਾਂ ਨੂੰ ਆਪਣੇ ਘਰ ਵਿੱਚ ਲਿਆਵੇਗਾ, ਹਿਰਦੇ ਵਿੱਚ ਲਿਆਵੇਗਾ। ਸਾਧਨ ਕੀ ਹੈ? ਗਾਵੀਏ, ਸੁਣੀਏ, ਮਨ ਰੱਖੀਏ ਭਾਵ। ਪ੍ਰਭੂ ਦੇ ਗੀਤ ਨੂੰ ਗਾਉਣਾ ਹੈ ਔਰ ਜਦ ਗਾ ਰਹੇ ਹੋਈਏ ਉਦੋਂ ਸੁਣਨਾ ਵੀ ਹੈ। ਅਗਰ ਸਿਰਫ ਗਾਇਆ ਤੇ ਸੁਣਿਆ ਨਹੀਂ ਤਾਂ ਗਾਇਆ ਹੋਇਆ ਹਵਾ ਵਿੱਚ ਉੱਡ ਗਿਆ। ਅਗਰ ਉਸਨੂੰ ਸੁਣ ਰਿਹਾ ਹੈ ਤਾਂ ਗਾਇਆ ਹੋਇਆ ਅੰਦਰ ਪ੍ਰਵੇਸ਼ ਕਰ ਲਿਆ। ਔਰ ਇਹ ਗੀਤ ਜੈਸੇ ਜੈਸੇ ਅੰਦਰ ਪ੍ਰਵੇਸ਼ ਕਰੇਗਾ ਸੁੱਖ ਅੰਦਰ ਪ੍ਰਵੇਸ਼ ਕਰੇਗਾ। ਪ੍ਰਭੂ ਦਾ ਨਾਦ ਜੈਸੇ ਜੈਸੇ ਅੰਦਰ ਪ੍ਰਵੇਸ਼ ਕਰੇਗਾ ਆਨੰਦ ਅੰਦਰ ਪ੍ਰਵੇਸ਼ ਕਰੇਗਾ। ਪੰਜ ਤੱਤ ਦਾ ਇਹ ਪੁਤਲਾ ਹੈ। ਜਗਤ ਦੇ ਰਹਿਬਰੀ ਪੁਰਸ਼ਾਂ ਨੇ ਕਿਸੇ ਇੱਕ ਤੱਤ ਨੂੰ ਮਾਧਿਅਮ ਬਣਾ ਕੇ ਪਰਮਾਤਮਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਐਸਾ ਜਾਪਦਾ ਹੈ ਕਿ ਪੈਗੰਬਰੀ ਪੁਰਸ਼ ਮੁਹੰਮਦ ਸਾਹਿਬ ਨੇ ਮਿੱਟੀ ਨੂੰ ਪ੍ਰਧਾਨਤਾ ਦਿੱਤੀ ਹੈ, ਮਸਤਕ ਜ਼ਮੀਨ ਤੇ ਬਾਰ ਬਾਰ ਇਹ ਬੰਦੇ ਤੂੰ ਖਾਕ ਹੋ ਜਾ, ਇਹ ਬੰਦੇ ਤੂੰ ਮਿੱਟੀ ਹੋ ਜਾ। ਔਰ ਇਤਨੀ ਮਿੱਟੀ ਕਿ ਹਰ ਇੱਕ ਦੇ ਪੈਰਾਂ ਦੇ ਥੱਲੇ ਆਓ, ਕਿਸੇ ਦੇ ਸਿਰ ਤੇ ਨਾ ਬੈਠ, ਪੈਰਾਂ ਦੇ ਥੱਲੇ, ਫਿਰ ਤੈਨੂੰ ਪ੍ਰਭੂ ਦਾ ਦੁਆਰ ਨਸੀਬ ਹੋ ਜਾਏਗਾ। ਦੇਖਣ ਦੇ ਚ ਆਇਆ ਧਾਰਮਿਕ ਮੰਦਰਾਂ ਵਿੱਚ ਪੈਰਾਂ ਦੀ ਖਾਕ ਨੂੰ, ਚਰਨ ਧੂੜੀ ਨੂੰ ਲੋਕੀ ਮਸਤਕ ਤੇ ਲਾਉਂਦੇ ਨੇ, ਤੋ ਸਤਸੰਗੀਆਂ ਦੇ ਚਰਨਾਂ ਦੀ ਖਾਕ ਜੇ ਮਸਤਕ ਤੇ ਬੈਠ ਸਕਦੀ ਹੈ ਤੇ ਕਿਧਰੇ ਮਨੁੱਖ ਸੰਸਾਰ ਦੀ ਖਾਕ ਬਣ ਜਾਏ ਉਹਨੂੰ ਪਰਮਾਤਮਾ ਦਾ ਸਿੰਘਾਸਣ ਨਸੀਬ ਹੋ ਸਕਦਾ ਹੈ, ਈਸ਼ਵਰ ਦਾ ਸਿੰਘਾਸਣ ਨਸੀਬ ਹੋ ਸਕਦਾ ਹੈ। ਮੁਹੰਮਦ ਸਾਹਿਬ ਦੀ ਦ੍ਰਿਸ਼ਟੀ ਇਹ ਸੀ ਵੀ ਇਹ ਬੰਦੇ ਤੋਂ ਖਾਕ ਬਣ, ਇਸ ਵਾਸਤੇ ਮਸਤਕ ਨੂੰ ਬਾਰ ਬਾਰ ਜ਼ਮੀਨ ਦੇ ਉੱਤੇ ਰੱਖਣਾ ਨਮਾਜ਼ ਦੇ ਵਿੱਚ ਇੱਕ ਖਾਸ ਕਰਮ ਹੈ। ਜਲ ਨੂੰ ਸਾਧਨ ਬਣਾ ਕੇ, ਪਾਣੀ ਨੂੰ ਸਾਧਨ ਬਣਾ ਕੇ ਪਰਮਾਤਮਾ ਤੱਕ ਪਹੁੰਚਣ ਦਾ ਵਸੀਲਾ ਲੱਭਿਆ ਇਸ ਦੇਸ਼ ਦੇ ਵੈਦਿਕ ਰਿਸ਼ੀਆਂ ਨੇ। ਸਰੋਵਰਾਂ ਦੇ ਕੰਢੇ ਬੈਠ ਕੇ, ਦਰਿਆਵਾਂ ਦੇ ਕੰਢੇ ਬੈਠ ਕੇ, ਝੀਲਾਂ ਦੇ ਕਿਨਾਰੇ ਤੇ ਬੈਠ ਕੇ ਬਾਰ ਬਾਰ ਇਸ਼ਨਾਨ ਕਰਕੇ, ਤਰ੍ਹਾਂ ਤਰ੍ਹਾਂ ਦੇ ਤੀਰਥਾਂ ਦਾ ਇਸ਼ਨਾਨ ਕਰਕੇ ਜਲ ਨਾਲ ਸੰਬੰਧ ਜੋੜ ਕੇ ਪਰਮਾਤਮਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ, ਇੱਕ ਇਹ ਸਾਧਨ ਵੀ ਜਗਤ ਵਿੱਚ ਅਪਣਾਇਆ ਗਿਆ। ਤੀਸਰਾ ਨੇ ਜੋਗੀ ਜੈਨੀ। ਜੈਨੀਆਂ ਦੇ ਤਮਾਮ ਤੀਰਥ ਖੁਸ਼ਕ ਪਹਾੜਾਂ ਤੇ ਨੇ, ਗਰਮ ਪਹਾੜਾਂ ਤੇ ਨੇ, ਔਰ ਯੋਗੀ ਆਪਣੇ ਆਲੇ ਦੁਆਲੇ ਧੂਣਾ ਤਪਾ ਕੇ ਧੁੱਪ ਦੇ ਚ ਬੈਠ ਕੇ ਪ੍ਰਭੂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਰਿਹਾ। ਉਹਨੇ ਮਾਧਿਅਮ ਬਣਾਇਆ ਅਗਨ ਨੂੰ, ਅਗਨੀ ਨੂੰ, ਇਤਨਾ ਤੇਜ, ਇਤਨੀ ਅਗਨ ਆਪਣੇ ਅੰਦਰ ਵਧਾ ਕਿ ਅਗਨ ਹੀ ਬ੍ਰਹਮ ਬਣ ਜਾਏ, ਜਿਸ ਨੂੰ ਕਹਿੰਦੇ ਨੇ ਬ੍ਰਹਮ ਅਗਨ। ਆਪਣੇ ਜੀਵਨ ਨੂੰ ਜਲ ਵਰਗਾ ਬਣਾ ਲਏ, ਜੈਸਾ ਕਿ ਜਲ ਪਰਉਪਕਾਰੀ ਹੈ, ਪਿਆਸ ਬੁਝਾ ਦਿੰਦਾ, ਨਿਰਮਲ ਕਰ ਦਿੰਦਾ, ਸਵੱਛ ਕਰ ਦਿੰਦਾ, ਤੂੰ ਜਲ ਬਣ ਜਾ। ਬਾਰ ਬਾਰ ਇਸ਼ਨਾਨ, ਬਾਰ ਬਾਰ ਦਰਿਆਵਾਂ ਦੇ ਤੱਟ ਤੇ ਬੈਠਣਾ ਔਰ 68 ਤੀਰਥਾਂ ਦਾ ਰਟਨ ਕਰਨਾ ਇਹ ਜਲ ਹੋਣ ਦੀ ਕੋਸ਼ਿਸ਼ ਸੀ। ਅਗਨੀ ਦੇ ਆਲੇ ਦੁਆਲੇ ਬੈਠਣਾ ਜਾਂ ਚਾਰੋਂ ਪਾਸੇ ਅਗਨ ਜਲਾ ਕੇ ਵਿਚਕਾਰ ਬੈਠਣਾ
ਇਹ ਬ੍ਰਹਮ ਅਗਨ ਨੂੰ ਪ੍ਰਜੁੱਲਿਤ ਕਰਨ ਦੀ ਕੋਸ਼ਿਸ਼ ਸੀ। ਬਾਰ ਬਾਰ ਮਸਤਕ ਨੂੰ ਮਿੱਟੀ ਤੇ ਰੱਖਣਾ, ਜ਼ਮੀਨ ਤੇ ਰੱਖਣਾ, ਇਹ ਮਿੱਟੀ ਹੋਣ ਦੀ, ਨਿਰਮਾਣ ਹੋਣ ਦੀ ਕੋਸ਼ਿਸ਼ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਵਨ ਤੱਤ ਨੂੰ ਮਾਧਿਅਮ ਬਣਾ ਕੇ ਪਰਮਾਤਮਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਤੇ ਪਵਨ ਤੱਤ ਦੀ ਪ੍ਰਕਿਰਤੀ ਹੈ ਬੋਲਣਾ। ਦੇਹੀ ਮਾਟੀ ਬੋਲੇ ਪਵਣ, ਸਿਰ ਝੁਕਾ ਝੁਕਾ ਕੇ ਸਿਰ ਨੂੰ ਜ਼ਮੀਨ ਤੇ ਰੱਖ ਰੱਖ ਕੇ ਸਿਰ ਨੂੰ ਪਹੁੰਚਾਇਆ ਗਿਆ ਖੁਦਾ ਤੱਕ ਇਸਲਾਮ ਦੀ ਸਾਧਨਾ। ਜਲ ਦੇ ਨਾਲ ਇਸ਼ਨਾਨ ਕਰ ਕਰਕੇ, ਬਾਰ ਬਾਰ ਕਰ ਕਰਕੇ ਪਵਿੱਤਰ ਬਣਾਇਆ ਗਿਆ ਆਪਣੇ ਆਪ ਨੂੰ ਵੈਦਿਕ ਢੰਗ ਨਾਲ। ਅਗਨ ਚਾਰੋਂ ਪਾਸੇ ਬਾਲ ਕੇ, ਧੂਣੇ ਤਪਾ ਕੇ, ਧੁੱਪ ਦੇ ਚ ਬੈਠ ਕੇ ਬ੍ਰਹਮ ਅਗਨ ਦੀ ਕੋਸ਼ਿਸ਼ ਕੀਤੀ ਗਈ ਕਿ ਮਨੁੱਖ ਦੇ ਅੰਦਰੋਂ ਪੈਦਾ ਹੋਵੇ। ਬਾਰ ਬਾਰ ਬੋਲ ਬੋਲ ਕੇ ਕੋਸ਼ਿਸ਼ ਕੀਤੀ ਗਈ ਕਿ ਮਨੁੱਖ ਦੇ ਅੰਦਰੋਂ ਪਰਮਾਤਮਾ ਬੋਲੇ, ਮਨੁੱਖ ਦੇ ਅੰਦਰੋਂ ਈਸ਼ਵਰ ਬੋਲੇ। ਈਸ਼ਵਰ ਦਾ ਨਾਂ ਕੋਈ ਬੋਲਦਾ ਜਾਏ ਬੋਲਦਾ ਜਾਏ, ਔਰ ਬੋਲਦਿਆਂ ਬੋਲਦਿਆਂ ਜਿੱਥੇ ਖੁਦ ਮਨੁੱਖ ਮਿਟ ਜਾਂਦਾ ਹੈ, ਉੱਥੇ ਫਿਰ ਮਨੁੱਖ ਦੇ ਅੰਦਰੋਂ ਈਸ਼ਵਰ ਹੀ ਬੋਲਣ ਲੱਗ ਪੈਂਦਾ ਹੈ, ਪਰਮਾਤਮਾ ਹੀ ਬੋਲਣ ਲੱਗ ਪੈਂਦਾ ਹੈ।